ਸਰਕਾਰ ਦੇ ਕਸਮ ਹੈ ਜਿਹੜੀ ਮੈਂ ਪੂਰੇ ਪਾਕਿਸਤਾਨ ਨੇ ਪੜ੍ਹੀਆਂ, ਕਿਉਂਕਿ ਸਰੈਕੀ ਸਾਹਿਬ ਦੀ ਜਿਹੜੀ ਜ਼ਬਾਨ ਹੈ ਬੜੀ ਪਿਆਰੀ ਅਤੇ ਮਿੱਠੀ ਜ਼ਬਾਨ ਹੈ। ਇਸ ਵਾਸਤੇ 417 ਮੈਂ ਕਿ ਹੱਥ ਖੋਲਣ ਬੱਧਣ ਦਾ ਮਸਲਾ ਨਹੀਂ, ਕੰਨ ਖੋਲ ਕੇ ਸੁਣ ਹੱਕ ਹੈਦਰ ਹੈ। ਹੱਥ ਖੋਲਣ ਬੱਧਣ ਦਾ ਮਸਲਾ ਨਹੀਂ, ਕੰਨ ਖੋਲ ਕੇ ਸੁਣ ਹੱਕ ਹੈਦਰ ਹੈ। ਉਵੇਂ ਰੱਬ ਦੀ ਦੁਨੀਆ ਬਹੁ ਪਈਏ, ਵੰਜ ਜੇ ਕੂ ਚੋਣ ਹੱਕ ਹੈਦਰ ਹੈ। ਉਵੇਂ ਰੱਬ ਦੀ ਦੁਨੀਆ ਬਹੁ ਪਈਏ, ਵੰਜ ਜੇ ਕੂ ਚੋਣ ਹੱਕ ਹੈਦਰ ਹੈ। ਐ ਮੁੱਲਾ ਤੂੰ ਪੋਣੀਏ ਦਾ ਵੱਤ ਪੌਣਿਆ ਪੁਣ, ਵੱਤ ਪੌਣਿਆ ਪੁਣ ਹੱਕ ਹੈਦਰ ਹੈ। ਕੱਲ ਹਸ਼ਰ ਚ ਤੇਰੇ ਪਿਉ ਮੰਨਣਾ ਹੈ, ਉਹ ਅੱਜ ਚ ਮਨ ਹੱਕ ਹੈਦਰ ਹੈ। ਉੱਠੀ ਹੋ ਗਿਆ ਬਾਬਾ ਜੀ, ਬੁਲੰਦ ਸਲਵਾਤ ਪੜੋ। ਮਾਸ਼ਾਅੱਲਾ, ਮਜਮਾ ਕਾਫੀ ਹੈ, ਸਾਰੇ ਬਾਬਾ ਜੀ ਬੁਲੰਦ ਸਲਵਾਤ ਪੜੋ। ਬਾਬਾ ਜੀ ਕਸੀਦਾ ਜਿਹੜਾ ਹੁਕਮ ਕੀਤਾ ਨੇ ਉਹ ਕਸੀਦਾ ਪੜ੍ਹਨਾ ਚਾਹੁੰਦਾ। ਚਲੋ ਠੀਕ ਹੈ, ਬਲਕਿ ਨਵਾਂ ਕਸੀਦਾ, ਬੀਬੀ ਸੈਯਦਾ ਸਲਾਮੁੱਲਾ ਅਲੈਹਾ ਦਾ ਕਸੀਦਾ, ਔਰ ਮੈਂ ਅੱਗੇ ਇੱਕ ਜਾਂ ਦੋ ਦਫ਼ਾ ਪੜ੍ਹੇ, ਦਿਲ ਚ ਆਉਂਦਾ ਬਈ ਚਲੋ ਨਵਾਂ ਕਸੀਦਾ ਸਾਰਾ ਕੁਝ ਜੇ ਸੁਣਾਉ। ਪੜ੍ਹੂ ਬਾਬਾ ਜੀ ਕਸੀਦਾ, ਬੀਬੀ ਦੀ ਅਜ਼ਮਤ ਅਤੇ ਸਾਰੇ ਬਾਬਾ ਦੇ ਬੁਲੰਦ ਸਲਵਾਤ ਪੜ੍ਹੋ ਅਤੇ ਮੈਂ ਕਸੀਦਾ ਸੁਣਾਉ। ਓ ਸ਼ਰਮੋ ਹਯਾ ਦਾ ਦੁਨੀਆ ਤੇ ਕੁਰਾਨ ਸੈਯਦਾ, ਸ਼ਰਮੋ ਹਯਾ ਦਾ ਦੁਨੀਆ ਤੇ ਕੁਰਾਨ ਸੈਯਦਾ, ਲਫ਼ਜ਼ਾਂ ਦੀ ਜੁੜਤ ਦੇਖਣੇ ਯਾਦ ਹੁਸੈਨ। ਹਾਂ ਸ਼ਰਮੋ ਹਯਾ ਦਾ ਦੁਨੀਆ ਤੇ ਕੁਰਾਨ ਸੈਯਦਾ, ਸ਼ਰਮੋ ਹਯਾ ਦਾ ਦੁਨੀਆ ਤੇ ਕੁਰਾਨ ਸੈਯਦਾ, ਸ਼ਰਮੋ ਹਯਾ ਦਾ ਦੁਨੀਆ ਤੇ ਕੁਰਾਨ ਸੈਯਦਾ, ਸ਼ਰਮੋ ਹਯਾ ਦਾ ਸਾਰੇ ਹੈਦਰੀ, ਸ਼ਰਮੋ ਹਯਾ ਦਾ ਦੁਨੀਆ ਤੇ ਕੁਰਾਨ ਸੈਯਦਾ, ਸ਼ਰਮੋ ਹਯਾ ਦਾ ਦੁਨੀਆ ਤੇ ਕੁਰਾਨ ਸੈਯਦਾ, ਸ਼ਰਮੋ ਹਯਾ ਦਾ ਦੁਨੀਆ ਤੇ ਕੁਰਾਨ ਸੈਯਦਾ, ਦੀਨ ਖੁਦਾ ਦੀ ਬਣ ਗਈ ਪਹਿਚਾਣ ਸੈਯਦਾ, ਖੁਦਾ ਦੀ ਬਣ ਗਈ ਸਾਰੇ ਸਾਰੇ ਰਲ ਕੇ ਆਇਆ ਦਰੀ, ਖੁਦਾ ਦੀ ਬਣ ਗਈ ਪਹਿਚਾਣ ਸੈਯਦਾ। ਸੁਭਾਨ ਅੱਲਾ, ਕਿਆ ਬਾਤ ਹੈ, ਦੀਨੇ ਖੁਦਾ ਦੀ ਬਣ ਗਈ ਪਹਿਚਾਣ ਸੈਯਦਾ, ਦੀਨੇ ਕਿਉਂਕਿ ਅਯਾਮ ਸੈਯਦਾ ਪੇ ਚੱਲਦੇ ਹਨ। ਇਸ ਵਾਸਤੇ ਬਾਬਾ ਜੀ ਕੋਈ ਤਸ਼ਰੀਹ ਨਹੀਂ, ਡਾਇਰੈਕਟ ਸ਼ੇਰ ਪੇਸ਼ ਕਰਨਾ ਚਾਹੁੰਦਾ, ਦੱਸਾਵਣਾ ਚਾਹੁੰਦਾ ਕਿਸ ਅਜ਼ਮਤ ਦੀ ਮਾਲਕ ਹੈ ਮੇਰੀ ਸੈਣ, ਮੇਰੀ ਸੈਣ ਦੀ ਕਿਆ ਅਜ਼ਮਤ ਹੈ, ਨਿਆਜ਼ ਹੁਸੈਨ ਸਿਰ ਚਵਾਏ ਆਖਣ ਕੇ ਜਾਣਾ। ਬੀਬੀ ਤਾਰ ਤਾਂ ਦੀ ਸ਼ਰੀਅਤ ਦਾ ਨਾਮ ਹੈ, ਬੀਬੀ ਤਾਂ ਮੁਸਤਫਾ ਦੀ ਹਕੀਕਤ ਦਾ ਨਾਮ ਹੈ, ਸਾਰੇ ਰਲ ਕੇ ਬੋਲੋ ਹੈਦਰੀ, ਫਿਰ ਵੀ ਬੋਲੋ ਹੈਦਰੀ। ਬੀਬੀ ਤਾਰ ਤਾਂ ਦੀ ਸ਼ਰੀਅਤ ਦਾ ਨਾਮ ਹੈ, ਬੀਬੀ ਤਾਂ ਮੁਸਤਫਾ ਦੀ ਹਕੀਕਤ ਦਾ ਨਾਮ ਹੈ, ਬੀਬੀ ਤਾਰ ਤਾਂ ਦੀ ਸ਼ਰੀਅਤ ਦਾ ਨਾਮ ਹੈ, ਬੀਬੀ ਤਾਂ ਮੁਸਤਫਾ ਦੀ ਹਕੀਕਤ ਦਾ ਨਾਮ ਹੈ, ਬੀਬੀ ਅਲੀ ਵਲੀ ਦੀ ਵੀ ਇੱਜ਼ਤ ਦਾ ਨਾਮ ਹੈ, ਬੀਬੀ ਹਸਨ ਹੁਸੈਨ ਦੀ ਅਜ਼ਮਤ ਦਾ ਨਾਮ ਹੈ, ਬੀਬੀ ਅਲੀ ਵਲੀ ਦੀ ਵੀ ਇੱਜ਼ਤ ਦਾ ਨਾਮ ਹੈ, ਬੀਬੀ ਹਸਨ ਹੁਸੈਨ ਦੀ ਅਜ਼ਮਤ ਦਾ ਨਾਮ ਹੈ। ਹਵਾ ਕਦੀ ਜਾਮ ਨਾ ਦਾ ਮਾਣ ਸੈਯਦਾ, ਹਵਾ ਕਦੀ ਜਾਮ ਨਾ ਦਾ ਮਾਣ ਸੈਯਦਾ, ਦੋਨੋਂ ਅਗਰ ਹਕੀਕ ਤੇ ਮਰ ਜਾਣ ਸੈਯਦਾ, ਸੁਭਾਨ ਅੱਲਾ, ਕਿਆ ਬਾਤ ਹੈ। ਬਾਬਾ ਜਿਹੜੇ ਸ਼ੇਰ ਵਾਸਤੇ ਮਿਹਨਤ ਕੀਤੀ ਹੈ, ਬਿਸਮਿਲਾ, ਇਹ ਦੱਸਈਏ ਬੀਬੀ ਦੀ ਸ਼ਾਨ। ਹੁਣ ਦੱਸਾਵਣਾ ਚਾਹੁੰਦਾ ਇਸਦੇ ਬੱਚੜਾਂ ਦੀ ਕਿਆ ਸ਼ਾਨ ਹੈ। ਨਾਲੇ ਬਾਬਾ ਜੀ, ਅਗਰ ਇਹ ਬੀਬੀ ਨਾ ਹੁੰਦੀ ਤਾਂ ਇਸਲਾਮ ਨਾ ਹੋਵੇ। ਨਿਆਜ਼ ਹੁਸੈਨ ਸਿਰ ਚਵਾਏ ਸ਼ੇਰ ਪੜਨਾ ਚਾਹੁੰਦਾ, ਆਖਣਾ ਖਿੱਚਣਾ। ਇਸਲਾਮ ਤੇ ਬਿੰਤ ਮੁਹੰਮਦ ਦਾ ਦੈਨ, ਇਸਲਾਮ ਦੀ ਬਕਾਈ ਦਾ ਬਚੜਾ ਹੁਸੈਨ ਹੈ। ਸੁਭਾਨ ਅੱਲਾ, ਸੁਭਾਨ ਅੱਲਾ,
سبحان اللہ کیا بات ہے, دعا مل گئی. بسم اللہ بابا جی نیاز حسین دعا کرے اکھڑ کے جنا ہاں اسلام تے بنت محمد دا دین ہے, اسلام دی بقائی دا بچڑا حسین ہے, اسلام تے بنت محمد دا دین ہے, اسلام دی بقائی دا بچڑا حسین ہے, پھر کے تو ویکھ تو اے سارا درین ہے, ہر جا علی علی تے ہر جا حسین ہے. سارے رل کے بولو حیدری, پھر کے تو ویک تو سارا درین ہے, ہر جا علی علی تے ہر جا حسین ہے, اے دین خدا تے تیرا احسان سیدا, دین خدا تے تیرا احسان سیدا, اے دین خدا تے تیرا احسان سیدا, دین خدا دے تمہیں نگران سیدا, کمال دعا کی تھی. ہوں ایک ستر بزرگ واسطے پڑھوں چا, اگر آخو تو پڑھ دے سارا نموڑے, ڈھیر سارے بزرگ بیٹھے ہو, چلو بزرگوں والے سلوات پڑھو تو میں بزرگوں کی چال کا قصیدہ سنا. سر مبارک تھا سجدے اندر, نماز سرور پڑھا رہے تھے, رسول آگے صحابہ پیچھے, کر فرض اپنا ادا رہے تھے, ماحول ایسے میں وہ شبیر اپنے گھر سے ہی آ رہے تھے, حسین پشتے نبی پہ بیٹھے یہ کل جہاں کو بتا رہے تھے, پیے گا کوثر ملے گی جنت, اسی کو معاشر میں چین ہوگا, نماز اس کی قبول ہوگی کہ جس کے دل میں حسین ہوگا. قصیدہ مولا امام حسین بادشاہ دی عظمت, سارے سونی جی سلوات پڑھو. اللہم سبحان اللہ کیا بات ہے. بسم اللہ آکھیا مصطفیٰ دین دے پیشوا, شان نبیاں تو بھاری ہے شبیر دی, شان نبیاں تو بھاری ہے شبیر دی, سانی پڑھنا چاہنا آکھن کے چنا آکھیا مصطفیٰ دین دے پیشوا, شان نبیاں تو بھاری ہے شبیر دی, جیندا صدقہ ہے سارا زمانہ, سبحان اللہ. آخری شعر جڑے شعر واسطے محنت کیتی ہے, ڈھیر سارے زوار بیٹھے وے جڑے کربلا دیکھے وے جڑے کربلا گئے وے. بابا جی حاجی صاحب ڈھیر سارے بندن حج تے وینن, کچھ بندن کربلا وینن, میرا مشورہ سمجھنا ہے
آخنا کے جانا جیند روزے تے عمل دکج تھی دہے وے کوئی کمار سا رہج تھی دہے ناز کردہ ہے کعبہ وچے دے نوکراں سر موڑ ول پڑا بسم اللہ نوکراں جیند روزے تے عمل دکج تھیندا اے بے کوئی کمار ساوا رہج تھیندا اے ناز کردا اے کعبہ وچے بس بابا جی فضائل میرا اتنا کافی سارے دیاں تے بہنا کو نار لا کے فقط روان واسطے آئے ہوئے ایک یا دو مہینے پڑھنا ہے اتنا رو تے باوے نہ رو جنا کلا تھی ونجے وترو نہ ضرور کر تیرے کول کوئی پوچھے کیوں ودر ہونا ہے اوکو ودر ہونا جے کو رج کے سکیاں بہنا نہیں رو سکے میں سیدہ پہ چل دیں اس واسطے دو بہن کھڑی نہیں کھڑائی گئی حسن حسین دی ماں کیڑا میں سنا وا دکھ بتول دا کھڑی نہیں کھڑائی گئی حسن حسین دی ماں کیڑا میں سنا وا دکھ بتول دا کھڑی نہیں کھڑائی گئی حسن حسین دی ماں لکھیا رسول دا پرز کریں دے رہے دیاں دے او سامنے ماں کو مریں دے رہے نوکرا بابا نوکرا 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 جی نے باکو کیتنا مسلمانا بن تے رسول دا حیا کیڑا میں سنا ورک بتول دا کیتنا مسلمانا ادبیاں تو میات جہان تے ہائے دفان نہیں ہوئے انوار سمیات چھپائے او پہلا میات حسین دے مادا ہے رات دے وکا حسین دی مادا ہے دیتا رات دے وقا اچھا بابا نکرہ دوجہ میاں آدھا پیاں دوجہ میاں کو جاں کے آئے وہ شام دے وچے پیو پترانی روہا فن معصوما دیتی کبار بیمار مٹائے نہ کرا تے ہوئے دادی مانگو دفا
ਫਨ ਮਾਸੂਮਾਂ ਦਿੱਤੀ ਕਬਰ ਬਿਮਾਰ। ਇੱਕ ਮੈਣ ਬਾਬਾ ਜੀ ਉਵੇਂ ਪੜਦਾ ਜਿਵੇਂ ਬਜ਼ੁਰਗ ਪੜ ਗਏ, ਜਾਂ ਜਿਵੇਂ ਮੇਰੇ ਤੇ ਤਾਏ ਮੌਲਾ ਕਰਮ ਕੀਤੇ। ਬਿਸਮਿਲਾ। ਜਿਹੜਾ ਬੰਦਾ ਹਾਲੇ ਤੇ ਨਹੀਂ ਰੋ ਸੰਗਾ ਮਿੰਬਰ ਹੁਸੈਨ ਦੀ ਕਸਮ ਹੈ, ਬਜ਼ੁਰਗ ਦਾਖਰੀ ਨਹੀਂ ਥਈ। ਕਮੈਣ ਪੜਦੇ ਰਹਿੰਦੇ ਹਨ, ਉਹ ਫਰਮੈਂਦੇ ਰਹਿੰਦੇ ਹਨ, ਉਹ ਬਾਦ ਨਬੀ ਦੇ ਦੀ ਨਬੀ ਕੋ ਜਿਹੜਾ ਹੱਕ ਮਿਲੀ ਹੈ ਪੜਦਾ ਸਾਰੇ ਰੋਜ਼ ਪਏ ਵੇ। ਅੱਛਾ ਬਾਬਾ ਨਾ ਕਰਾਂ, ਅੱਛਾ ਬਾਬਾ ਨਾ ਕਰਾਂ, ਜੀ ਬਾਬਾ ਨਾ ਕਰਾਂ, ਕੁਝ ਹਿੱਸਾ ਹਸਾ ਬਾਬਾ, ਅੱਛਾ ਬਾਬਾ ਨਾ ਕਰਾਂ, ਉਹ ਬਾਦ ਨਬੀ ਦੇ ਦੀ ਨਬੀ ਕੋ ਜਿਹੜਾ ਹੱਕ ਮਿਲੀ ਹੈ ਏ ਦਰਬਾਰ। ਮੈਂ ਤਾਂ ਥੱਕਦਾ ਪਿਆ, ਨਾ ਕਰਾਂ ਤੇ ਕੁਝ ਮਸਜਿਦ ਵਿੱਚ ਤਕਸੀਮ ਦੀਆਂ ਪੜਦਾ ਜਿਹੜੇ ਸ਼ਾਮ ਦੇ ਦਵਾਰ ਬੈਠੇ ਵੇ ਨਿਆਜ ਹੁਸੈਨ ਵੈਣ ਪੜਨਾ ਤਾਂ। ਅੱਛਾ ਬਾਬਾ ਨੌਕਰਾਂ ਨੌਕਰਾਂ ਉਹ ਤੋਂ ਬੀਬੀਆਂ ਨੇ ਉਹਦਾ